ਅੱਜ ਆਪਾਂ ਬਣਾਏ ਆ ਜੀ ਪੁਰਾਣੇ ਜ਼ਮਾਨੇ ਦੀ ਡਿਸ਼। ਇਹ ਆਟੇ ਦੀਆਂ ਸੇਵੀਆਂ ਆਪਾਂ ਕਿਸ ਤਰ੍ਹਾਂ ਬਣਾਈਆਂ ਤੁਸੀਂ ਅੱਗੇ ਵੀਡੀਓ 'ਚ ਜਾ ਕੇ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ। ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵੱਟਾਂਗੇ ਸੇਵੀਆਂ। ਤੇ ਸੇਵੀਆਂ ਵੱਟਣ ਵਾਸਤੇ ਆਪਾਂ ਇਹ 2 ਕਿਲੋ ਮੈਦਾ ਲਿਆਂਦਾ ਤੇ 2 ਕਿਲੋ ਆਪਾਂ ਆਟਾ ਲਿਆ ਛਾਣ ਕੇ ਤੇ ਆਪਾਂ ਮਿਲਾ ਕੇ ਬਣਾਵਾਂਗੇ ਸੇਵੀਆਂ। ਤੇ ਆਪਾਂ ਹੁਣ ਮੈਦੇ ਨੂੰ ਛਾਣ ਲੈਂਦੇ ਹਾਂ ਤੇ ਸੇਵੀਆਂ ਬਣਾਵਾਂਗੇ ਆਪਾਂ। ਇਹ ਘੋੜੀ ਸੇਵੀਆਂ ਬਣਾਉਣ ਵਾਲੀ ਆਪਣੀ, ਕੋਈ ਇਹਨੂੰ ਜਿੰਦੀ ਬੋਲਦਾ, ਕੋਈ ਉਹਨੂੰ ਘੋੜੀ ਬੋਲਦਾ, ਕਿਹੜਾ ਕਿਹੜਾ ਨਾਮ ਤੋਂ ਕੋਈ ਲੈਂਦਾ ਵਾ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਵਿੱਚ ਇਹਨੂੰ ਕੀ ਕਹਿੰਦੇ ਆ। ਵੀਆਂ ਤੋਹਾਂ ਤੇ ਬੋਲੀ ਬਦਲ ਜਾਂਦੀ ਆ। ਇਹ ਆਪਾਂ ਪੂਰੀ ਤਿਆਰ ਕਰ ਲਈ, ਤੇਲ ਲਾ ਕੇ ਧੋ ਕੇ ਸੈੱਟ ਕਰ ਲਈ ਆ। ਇਹਨੂੰ ਹੁਣ ਆਪਾਂ ਬੰਨ ਲਾਂਗੇ ਮੰਜੇ ਨਾਲ, ਘੋੜੀ ਨੂੰ ਆਪਾਂ ਬੰਨ ਲੈਂਦੇ ਆ ਕਿਉਂਕਿ ਇਹ ਭੱਜ ਨਾ ਜਾਵੇ। ਫਿਰ ਆਪਾਂ ਬਣਾਵਾਂਗੇ ਸੇਵੀਆਂ। ਕੌਣ ਕੌਣ ਸੇਵੀਆਂ ਬਣਾਉਂਦਾ ਇਹ ਵੀ ਕਮੈਂਟ ਕਰਕੇ ਦੱਸਿਓ, ਘਰੇ ਕੌਣ ਕੌਣ ਬਣਾ ਕੇ ਖਾਂਦਾ। ਆਪਾਂ ਤੇ ਹਰ ਸਾਲ ਘਰੇ ਬਣਾ ਕੇ ਖਾਂਦੇ ਆ। ਚਲੋ ਆਪਾਂ ਮੈਦਾ ਛਾਣ ਲੈਂਦੇ ਆ। ਆਟਾ ਆਪਾਂ ਛਾਣ ਲਿਆ ਤੇ ਮੈਦੇ ਨੂੰ ਛਾਣ ਲੈਂਦੇ ਆ ਆਪਾਂ। ਇਹਨੂੰ ਮਿਕਸ ਕਰਕੇ ਆਪਾਂ ਬਣਾਵਾਂਗੇ ਸੇਵੀਆਂ। ਤੁਸੀਂ ਇਕੱਲੇ ਆਟੇ ਦੀਆਂ ਵੀ ਬਣਾ ਸਕਦੇ ਹੋ, ਇਕੱਲੇ ਮੈਦੇ ਦੀਆਂ ਵੀ ਬਣਾ ਸਕਦੇ ਹੋ, ਜਿਵੇਂ ਤੁਹਾਡੀ ਮਰਜ਼ੀ ਉਵੇਂ ਤੁਸੀਂ ਬਣਾ ਸਕਦੇ ਸੇਵੀਆਂ। ਪਰ ਆਪਾਂ ਮਿਕਸ ਕਰ ਲੈਂਦੇ ਆ, ਅੱਧਾ ਆਟਾ ਪਾ ਲੈਂਦੇ, ਅੱਧਾ ਆਪਾਂ ਮੈਦਾ ਪਾ ਲੈਂਦੇ। ਆਹ ਵੇਖੋ ਆਟਾ ਮੈਦਾ ਛਾਣ ਕੇ ਆਪਾਂ ਰਲਾ ਲਿਆ ਵਾ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਫਿਰ ਆਪਾਂ ਬੰਨਦੇ ਆ ਘੋੜੀ, ਤੇ ਨਾਲੇ ਜਿੱਥੇ ਆਪਾਂ ਸੇਵੀਆਂ ਸੁੱਕਣੇ ਪਾਉਣੀਆਂ ਵਾ ਉਹ ਵੀ ਆਪਾਂ ਬੰਨਦੇ ਆ, ਤੁਹਾਨੂੰ ਦਿਖਾਉਂਦੇ ਆ। ਤਿਆਰ ਹੈ ਆਟਾ ਆਪਣਾ, ਇਹਨੂੰ ਆਪਾਂ ਨਾਲੋ ਨਾਲ ਗੁੰਨਾਂਗੇ ਤੇ ਨਾਲੋ ਨਾਲ ਹੀ ਆਪਾਂ ਸੇਵੀਆਂ ਵੱਟਾਂਗੇ ਇਹਦੀਆਂ। ਇਹ ਆਪਾਂ ਮੰਜਾ ਡਾਹ ਲਿਆ, ਮੰਜਾ ਆਪਾਂ ਪੁੱਠੇ ਰੋਕ ਡਾਉਣਾ ਵਾ ਕਿਉਂਕਿ ਸੇਵੀਆਂ ਪਾਉਣ ਵਾਸਤੇ ਪੁੱਠੇ ਰੋਕ ਡਾਉਣਾ ਪੈਂਦਾ। ਤੇ ਉੱਪਰ ਆਪਾਂ ਵਿਛਾਲੀ ਚਾਦਰ, ਤੇ ਚਾਦਰ ਆਪਾਂ ਥੋੜੀ ਖੁੱਲੀ ਵਿਛਾਈ ਆ ਕਿਉਂਕਿ ਸਾਈਡਾਂ ਤੇ ਆਪਣੀਆਂ ਸੇਵੀਆਂ ਨਾ ਡਿੱਗਣ। ਤੇ ਇਸੇ ਤਰ੍ਹਾਂ ਆਪਾਂ ਇਹਨੂੰ ਧਾਗਾ ਜਿਹਾ ਬੰਨ ਲਾਂਗੇ। ਆਪਾਂ ਸੇਵੀਆਂ ਪਾਉਣ ਵਾਲਾ ਸਟੈਂਡ ਬਣਾ ਲਾਂਗੇ। ਇਸ ਤਰ੍ਹਾਂ ਇੱਥੇ ਵਾਲ ਮਾਰ ਲਾਂਗੇ ਇੱਕ ਵਾਰੀ। ਇਸ ਤਰ੍ਹਾਂ ਆਪਾਂ ਇੱਥੇ ਇੱਕ ਵਾਲ ਮਾਰ ਲਾਂਗੇ, ਇਸੇ ਤਰ੍ਹਾਂ ਹੀ ਆਪਾਂ ਇੱਕ ਇੱਥੇ ਵਾਲ ਮਾਰ ਲਾਂਗੇ। ਇੱਕ ਆਪਾਂ ਵਿਚਕਾਰ ਦੀ ਵਾਲ ਦੇ ਕੇ ਹੁਣ ਆਪਾਂ ਇੱਥੇ ਬੰਨ ਦਿੰਦੇ ਹਾਂ। ਇਹ ਆਪਣਾ ਬਣ ਗਿਆ ਸਟੈਂਡ ਜਿਹਦੇ ਤੇ ਆਪਾਂ ਸੇਵੀਆਂ ਪਾਉਣੀਆਂ। ਔਰ ਇਸ ਤਰ੍ਹਾਂ ਆਪਾਂ ਘੋੜੀ ਬੰਨ ਲਈ ਆ ਮੰਜੇ ਨਾਲ। ਇਹ ਇਸ ਤਰ੍ਹਾਂ ਜੀ ਜਿਹੜੀ ਮੰਜੇ ਦੀ ਹੀ ਹੋਵੇ ਇਹਦੇ ਨਾਲ ਹੀ ਸੂਤਰ ਆਉਂਦੀ ਹੈ। ਜਿਹੜੇ ਅੱਜ ਕੱਲ੍ਹ ਦੇ ਮੰਜੇ ਆ ਲੋਹੇ ਦੇ ਬਣੇ ਗੋਲ, ਉਹਨਾਂ ਨਾਲ ਨਹੀਂ ਇਹ ਵੱਜਦੀ। ਇਹਨੂੰ ਆਪਾਂ ਘੋੜੀ ਨੂੰ ਆਪਾਂ ਚੰਗੀ ਤਰ੍ਹਾਂ ਕੱਸ ਲਿਆ ਵਾ, ਫਿਰ ਵੀ ਆਪਾਂ ਉੱਪਰੋਂ ਦੀ ਇੱਕ ਵਾਰੀ ਰੱਸੀ ਬੰਨਾਂਗੇ। ਆ ਲਓ ਜੀ ਘੋੜੀ ਆਪਾਂ ਬੰਨ ਲਈ ਆ ਕਿੱਲੇ ਨਾਲ ਚੰਗੀ ਤਰ੍ਹਾਂ, ਵੀ ਕਿਤੇ ਭੱਜ ਨਾ ਜਾਵੇ। ਤੇ ਆਪਾਂ ਹੁਣ ਇਹਦੀ ਵਰਤੋਂ ਕਰਦੇ ਹਾਂ। ਇਹ ਘੋੜੀ ਆਪਣੀ ਬਹੁਤ ਪੁਰਾਣੀ ਆ, ਇਹ ਪਾਕਿਸਤਾਨ ਦੇ ਵੇਲੇ ਦੀ, ਇਹ ਸਾਡੇ ਮਾਤਾ ਜੀ ਨੇ ਬਹੁਤ ਸਾਂਭੀ ਹੈ। ਅਸੀਂ ਹੁਣ ਉਹਨਾਂ ਦੇ ਜਾਣ ਤੋਂ ਪਿੱਛੋਂ ਵੀ ਇਹ ਸਾਂਭੀ ਹੈ ਤੇ ਸਾਲ ਬਾਅਦ ਕੱਢ ਕੇ ਵਰਤੀ ਜਾਵੇ। ਤੇ ਅਜੋ ਹੁਣ ਆਪਾਂ ਸੇਵੀਆਂ ਸ਼ੁਰੂ ਕਰਦੇ ਹਾਂ। ਆਟਾ ਮਲ ਲਾਂਗੇ ਥੋੜਾ ਥੋੜਾ ਕਰਕੇ ਇੱਦਾਂ, ਨਾਲ ਨਾਲ ਹੀ ਆਪਾਂ ਆਟਾ ਸਖਤ ਕਰਕੇ ਮਲ ਕੇ ਤੇ ਆਪਾਂ ਨਾਲ ਨਾਲ ਦੇ ਜਾਣਾ ਵਾ ਪੇੜਾ, ਨਾਲ ਨਾਲ ਹੀ ਆਪਣੀਆਂ ਸੇਵੀਆਂ ਜਿਹੜੀਆਂ ਬਣ ਜਾਣਗੀਆਂ। ਆ ਲਓ ਆਪਾਂ ਪੇੜਾ ਬਣਾ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਤੇਲ ਲਾ ਲਿਆ।
ਤੇਲ ਪਹਿਲਾਂ ਪਹਿਲਾਂ ਇੱਕ ਦੋ ਪੇੜਿਆਂ 'ਚ ਆਪਾਂ ਲਾਵਾਂਗੇ। ਇਸ ਤਰ੍ਹਾਂ ਆਟਾ ਵਿੱਚ ਦੇ ਕੇ ਚੱਲ ਵੇਖੋ ਆਪਣੀਆਂ ਸੇਵੀਆਂ ਕਿੱਡੀਆਂ ਵਧੀਆ ਬਣੀਆਂ ਵਾ। ਇਹਨਾਂ ਨੂੰ ਆਪਾਂ ਹੁਣ ਕੱਟ ਲੈਂਦੇ ਹਾਂ। ਇਸ ਤਰ੍ਹਾਂ ਆਪਾਂ ਪਾ ਲਾਂਗੇ। ਬੱਚੇ ਕਿੱਦਣ ਦੇ ਕਹਿਣ ਦਾ ਹੀ ਸੇਵੀਆਂ ਬਣਾ ਕੇ ਦੋ ਤੇ ਚਾਹ ਨਾ ਗੇੜਨ ਦਾ ਆ। ਚਾਹ ਚਾਹ ਚ ਹੀ ਆਪਾਂ ਸੇਵੀਆਂ ਵੱਟ ਲੈਣੀਆਂ ਵਾ। ਚਲੋ ਆਪਾਂ ਦੂਜਾ ਪੁਰ ਵੀ ਪਾ ਲੈਂਦੇ ਆ ਸੇਵੀਆਂ ਦਾ। ਆ ਵੇਖੋ ਕਿੰਨਾ ਸੋਹਣਾ ਆਪਣਾ ਸੇਵੀਆਂ ਬਣਦੀਆਂ ਪਈਆਂ ਵੇਖ ਲੋ। ਤੇ ਬੱਚੇ ਗੇੜੀ ਜਾਂਦੇ ਆ। ਆਪਾਂ ਅੱਧਾ ਆਟਾ ਵੱਟ ਲਿਆ ਸੇਵੀਆਂ ਤੇ ਅੱਧਾ ਰਹਿ ਗਿਆ ਆਪਣਾ। ਆਪਾਂ ਗੱਲਾਂ ਗੱਲਾਂ ਚ ਸੇਵੀਆਂ ਸਾਰੀਆਂ ਜਿਹੜੀਆਂ ਵੱਟ ਲੈਣੀਆਂ। ਇਹ ਸੇਵੀਆਂ ਬਹੁਤ ਫਾਇਦੇਮੰਦ ਹੁੰਦੀਆਂ ਜਿਹੜੀਆਂ ਘਰ ਬਣਾ ਕੇ ਮਿਹਨਤ ਨਾਲ ਖਾਣੀਆਂ ਵਾ। ਸਿਰ ਦੁਖਦਾ ਹੋਵੇ ਤੇ ਦੁੱਧ ਚ ਬਣਾ ਕੇ ਘਿਓ ਚ ਭੁੰਨ ਕੇ ਦੁੱਧ ਚ ਬਣਾ ਕੇ ਖਾਓ ਤੇ ਸਿਰ ਨੂੰ ਤੇ ਛਿੱਕਾਂ ਨੂੰ ਜ਼ੁਕਾਮ ਨੂੰ ਰਮਾਣ ਆ ਜਾਂਦਾ ਵਾ। ਪਿੱਛੇ ਇਸੇ ਤਰ੍ਹਾਂ ਹੀ ਖਾਂਦੇ ਸੀ, ਕੋਈ ਦਵਾਈਆਂ ਨਹੀਂ ਖਾਂਦਾ। ਆ ਲੋ ਜੀ ਆਪਣੀਆਂ ਸੇਵੀਆਂ ਸਾੜੀਆਂ ਬਣ ਗਈਆਂ। ਇੱਕ ਪੇੜਾ ਰਹਿ ਗਿਆ ਹੁਣ ਖੀਰਲਾ, ਇਹ ਵੀ ਆਪਾਂ ਲਾ ਦਿੰਦੇ ਹਾਂ। ਆਪਣੀਆਂ ਸੇਵੀਆਂ ਦਾ ਐਂਡ ਹੋਣ ਵਾਲਾ ਵਾ ਬਸ। ਚੱਲ ਗੇੜ ਪੁੱਤ, ਬੱਚਿਆਂ ਨੇ ਚਾਹ ਚਾਹ ਨਾਲ ਸੇਵੀਆਂ ਵਟਾ ਦਿੱਤੀਆਂ ਵਾ ਵੇਖ ਲੋ। ਇੱਕ ਘੰਟੇ 'ਚ ਆਪਾਂ ਸਾਰਾ ਆਟਾ ਜਿਹੜਾ ਇਹ ਵੱਟ ਲਿਆ ਵਾ। ਚਲੋ ਜੀ ਖੀਰਲਾ ਪੂਰਾ ਆਪਣਾ ਜਿਹੜਾ ਥੱਲੇ ਢੇਰੀ ਲੱਗ ਗਿਆ ਵਾ। ਆਪਾਂ ਸਾਰਾ ਹੀ ਆਟਾ ਕੱਢਤਾ ਵਿੱਚੋਂ ਮਸ਼ੀਨ ਦੇ। ਇਹਨਾਂ ਨੂੰ ਆਪਾਂ ਹੁਣ ਆਪਾਂ ਲਾ ਲੈਂਦੇ ਹਾਂ। ਦੇਖੋ ਕਿੰਨੀਆਂ ਲੰਬੀਆਂ ਬਣੀਆਂ ਵਾ। ਇਹ ਖੀਰਲਾ ਪੂਰ ਆ ਆਪਣਾ। ਸੇਵੀਆਂ ਆਪਾਂ ਖੇਡਾਂ ਖੇਡਾਂ 'ਚ ਹੀ ਵੱਟ ਲੀਆਂ ਵਾ। ਆਲੋ ਜੀ ਸੇਵੀਆਂ ਆਪਣੀਆਂ ਸਾਰੀਆਂ ਆਪਾਂ ਵੱਟ ਲੀਆਂ ਵਾ। ਇਹਨੂੰ ਹੁਣ ਦੋ ਧੁੱਪਾਂ ਦੋ ਲਵਾਵਾਂਗੇ, ਫਿਰ ਆਪਾਂ ਭੁੰਨ ਕੇ ਤੁਹਾਨੂੰ ਦਿਖਾਵਾਂਗੇ। ਤੇ ਆਲੋ ਜੀ ਜਿਹੜਾ ਮਸ਼ੀਨ ਦੇ ਵਿੱਚੋਂ ਆਟਾ ਬਾਕੀ ਬਚਿਆ ਸੀ ਉਹਦੀਆਂ ਆਪਾਂ ਹੱਥਾਂ ਨਾਲ ਵੀ ਸੇਵੀਆਂ ਜਿਹੜੀਆਂ ਵਾ ਬਣਾਈਆਂ ਵਾ ਤੇ ਬਣਾ ਰਹੇ ਆ। ਇਹ ਸੇਵੀਆਂ ਜਿਹੜੀਆਂ ਇਹ ਦੂਜੀਆਂ ਨਾਲੋਂ ਵੀ ਬਹੁਤ ਵਧੀਆ ਹੁੰਦੀਆਂ ਵਾ। ਇਹ ਆਪਾਂ ਦੁੱਧ ਚ ਭੁੰਨ ਕੇ ਤੇ ਦੁੱਧ ਹੀ ਬਣਾਵਾਂਗੇ। ਦੁੱਧ ਹੀ ਬਣਾਉਣ ਵਾਸਤੇ ਇੱਦਾਂ ਦੀਆਂ ਸੇਵੀਆਂ ਵੱਟ ਦਿੰਦੇ ਆ। ਇਹ ਆਪਾਂ ਜਿਹੜਾ ਆਟਾ ਬਚਿਆ ਮਸ਼ੀਨ ਦੇ ਵਿੱਚੋਂ ਆਪਾਂ ਇਹ ਸੇਵੀਆਂ ਦੁੱਧ ਹੀ ਜੋਗੀਆਂ ਵੱਟ ਲੈਣੀਆਂ ਵਾ। ਆ ਵੇਖੋ ਇੰਨਾ ਆਟਾ ਰਹਿ ਗਿਆ, ਆਪਾਂ ਉਦੋਂ ਦੇ ਲੱਗੇ ਆ ਵੱਟਣ ਤੇ ਸੇਵੀਆਂ ਆਪਣੀਆਂ ਸੁੱਕ ਗਈਆਂ, ਆਪਾਂ ਲਾ ਲੈਂਦੇ ਹਾਂ। ਸੇਵੀਆਂ ਆਪਣੀਆਂ ਜਿਹੜੀਆਂ ਆਪਾਂ ਵੱਟੀਆਂ ਸੁੱਕ ਗਈਆਂ, ਆਪਾਂ ਲਾ ਕੇ ਚਾਦਰ ਤੇ ਪਾ ਲੈਂਦੇ ਹਾਂ। ਇਸ ਤਰ੍ਹਾਂ ਕਰ ਕਰਕੇ ਸਾਰੀਆਂ ਸੇਵੀਆਂ ਆਪਾਂ ਲਾ ਲਾਂਗੇ। ਤੇ ਆ ਲਓ ਜੀ ਸੇਵੀਆਂ ਆਪਣੀਆਂ ਸੁੱਕ ਗਈਆਂ ਤੇ ਇਹਨੂੰ ਆਪਾਂ ਭੁੰਨ ਲੈਂਦੇ ਹਾਂ। ਭੁੰਨ ਕੇ ਇਹਨਾਂ ਨੂੰ ਰੱਖ ਲਾਂਗੇ ਆਪਾਂ। ਇੰਡਕਸ਼ਨ ਤੇ ਕੜਾਹੀ ਰੱਖ ਲਈ ਆਪਾਂ ਨੂੰ, ਮੱਠੇ ਮੱਠੇ ਸ਼ੇਕ ਤੇ ਭੁੰਨਾਂਗੇ। ਜਿੱਦਾਂ ਥੋੜੀਆਂ ਥੋੜੀਆਂ ਪਾ ਕੇ ਆਪਾਂ ਇਹਨਾਂ ਨੂੰ ਭੁੰਨ ਲੈਂਦੇ ਹਾਂ। ਇਹ ਵੱਡੇ ਵੱਡੇ ਲੱਛੇ, ਲੰਬੇ ਲੰਬੇ ਲੱਛੇ ਹੁੰਦੇ ਆ। ਭੁੰਨ ਭੁੰਨ ਕੇ ਇਹਨਾਂ ਨੂੰ
ਛੋਟੇ ਛੋਟੇ ਹੋ ਜਾਣੇ ਆ, ਲਾਉਂਦੇ ਲਾਉਂਦੇ ਟੁੱਟ ਜਾਂਦੇ ਆ। ਆ ਵੇਖੋ ਜੀ ਸੇਵੀਆਂ ਆਪਣੀਆਂ ਭੁੱਜ ਗਈਆਂ, ਇਹਨਾਂ ਦਾ ਕਲਰ ਬਦਲ ਗਿਆ, ਚਿੱਟਿਆ ਤੋਂ ਬਰਾਊਨ ਹੋ ਗਿਆ। ਇਸ ਤਰ੍ਹਾਂ ਆਪਾਂ ਮੱਠੀ ਮੱਠੀ ਅੱਗ ਤੇ ਭੁੰਨਣੀਆਂ ਵਾ, ਤੇ ਇੱਦਾਂ ਇੱਕ ਇੱਕ ਕਰਕੇ ਆਪਾਂ ਸਾਰੀਆਂ ਸੇਵੀਆਂ ਭੁੰਨ ਲਾਂਗੇ। ਇਸੇ ਤਰ੍ਹਾਂ ਆਪਾਂ ਦੂਜਾ ਪੂਰ ਭੁੰਨ ਲਾਂਗੇ। ਆਲੋ ਜੀ ਸੇਵੀਆਂ ਆਪਾਂ ਭੁੰਨ ਕੇ ਸਾਰੀਆਂ ਇਹ ਪਰਾਤ ਚ ਪਾ ਲਈਆਂ ਵਾ। ਠੰਡੀਆਂ ਹੋਣ ਤੇ ਆਪਾਂ ਇਹਨਾਂ ਨੂੰ ਸਾਂਭ ਲਾਂਗੇ ਕਿਸੇ ਭਾਂਡੇ ਚ ਪਾ ਲਾਂਗੇ, ਤੇ ਜਦੋਂ ਦਿਲ ਕਰੇ ਉਦੋਂ ਹੀ, ਜਦੋਂ ਬੱਚੇ ਮੰਗਣ ਉਦੋਂ ਕੱਢ ਕੇ ਬਣਾ ਲਓ। ਇਹਨਾਂ ਦਾ ਬੜਾ ਫਾਇਦਾ ਹੁੰਦਾ, ਘਰ ਵਿੱਚ ਆਪਾਂ ਸਟੋਰ ਕਰਕੇ ਹਰ ਸਾਲ ਹੀ ਵੱਟ ਕੇ ਭੁੰਨ ਕੇ ਰੱਖ ਲੈਂਦੇ ਹਾਂ। ਜਦੋਂ ਕੋਈ ਪ੍ਰਾਹੁਣਾ ਆਵੇ ਉਦੋਂ ਬਣਾ ਲਈਦੀਆਂ, ਜਦੋਂ ਕੋਈ ਬੱਚਾ ਮੰਗੇ ਉਦੋਂ ਬਣਾ ਲਈਦੀ। ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦੱਬ ਕੇ ਕਰ ਦਿਓ, ਸਬਸਕ੍ਰਾਈਬ ਵੀ ਕਰਿਓ, ਤੇ ਮਿਲਦੇ ਹਾਂ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਰੱਬ ਰੱਖ।